ਪਹਿਲੀਆਂ ਦੇ ਵਿੱਚ ਦਸਵੀਂ ਤੋਂ ਬਾਅਦ ਪ੍ਰੈਪ ਹੁੰਦੀ ਸੀ, ਫਸਟ ਈਅਰ ਸੈਕਿੰਡ ਈਅਰ ਤੇ ਫਿਰ ਫਾਈਨਲ। ਅੱਜ ਕੱਲ ਪਲੱਸ ਟੂ ਕਰੋ ਤੇ ਚੱਲ ਕਾਲਜ। ਮੁੰਡੇ ਨੂੰ ਮੁੱਛ ਆ ਗਈ, ਕਾਲਜ ਦੇ ਵਿੱਚ ਦਾਖਲਾ ਲੈ ਲਿਆ। ਬਾਪੂ ਨੇ ਆਵਾਜ਼ ਮਾਰੀ, ਕਹਿੰਦਾ ਆ ਲੈ ਇੱਕ ਮਹੀਨੇ ਦੀ ਪੌਕਟ ਮਨੀ ਲੈ ਜਾ। ਜਦੋਂ ਮੂੰਹ ਤਾਂ ਨਿੱਕੀ ਨਿੱਕੀ ਮੁੱਛ ਆਈ ਹੋਵੇ ਤੇ ਜਵਾਨੀ ਸ਼ਰਾਰਤਾਂ ਕਰਦੀ ਹੈ। ਮਾਨ ਸਾਹਿਬ ਨੇ ਬੜਾ ਖੂਬਸੂਰਤ ਲਿਖਿਆ, ਬਾਪੂ ਨੇ ਆਖਿਆ ਪੌਕਟ ਮਨੀ ਲੈ ਜਾ। ਮਹੀਨੇ ਦੀ ਪੌਕਟ ਮਨੀ ਜਦੋਂ ਕਾਲਜ ਦੇ ਵਿੱਚ ਦਾਖਲਾ ਲਿਆ ਤੇ ਅੱਖ ਜਾਂਦੇ ਆ ਕਿਤੇ ਲੜ ਗਈ, ਅੱਖ ਲੜ ਗਈ ਤੇ ਜਿਹੜੇ ਮਹੀਨੇ ਦੀ ਪੌਕਟ ਮਨੀ ਸੀ ਅੱਠਾਂ ਕਿਤੇ ਨੱਚੀ ਹੋ ਗਈ, ਜੁੱਤੀ ਟੁੱਟ ਗਈ। ਹੁਣ ਘਰ ਆ ਕੇ ਬਾਪੂ ਕੋਲ ਜੁੱਤੀ ਨਹੀਂ ਮੰਗਦਾ, ਵੀ ਜੇ ਬਾਪੂ ਕੋਲ ਜੁੱਤੀ ਮੰਗੀ ਤਾਂ ਉਹਨੇ ਜੁੱਤੀ ਨਹੀਂ, ਉਹਨੇ ਤਾਂ ਜੁੱਤੀਆਂ ਦੇਣੀਆਂ। ਜਿਹਦੇ ਮਗਰ ਜਾਂਦਾ ਉਹਨੂੰ ਪੁੱਛਦਾ ਫਿਰ ਸਾਡੇ ਗੇੜਿਆਂ ਦਾ ਕਦੋਂ ਮੁੱਲ ਪਾ। ਉਹ ਸਾਡੇ ਪੈਰਾਂ ਦੇ ਵਿੱਚ ਕਿੰਨੇ ਖੁਬੇ ਕੰਡੇ, ਨੀ ਜ਼ਖਮ ਗਿਣੇ ਤਾਂ ਫਿਰ ਤੈਨੂੰ ਪਤਾ ਲੱਗੇ, ਉਹ ਤੇਰੇ ਸ਼ਹਿਰ ਤੋਂ ਮੰਗਲ ਦਾ ਪਿੰਡ ਕਿੰਨਾ, ਨੀ ਪੈਂਡਾ ਮਿਣੇ ਤਾਂ ਫਿਰ ਤੈਨੂੰ ਪਤਾ। ਸਾਨੂੰ ਤਾਂ ਇੱਕੋ ਹੀ ਕੰਮ ਰਹਿ ਗਿਆ, ਉਹ ਕਿਹੜਾ ਜੀ? ਆਹੇ ਜੀ ਤਾੜੀ ਮਾਰਦਾ, ਜੀ ਕਿੱਥੇ ਕਹਿੰਦੀਆਂ ਹੁਣ? ਜੀ ਤਾਂ ਸਾਡੇ ਭਾਪੇ ਵਾਲੀ ਕਹਿੰਦੀਆਂ ਸੀ, ਭਾਪੇ ਨੇ ਇੱਕ ਆਵਾਜ਼ ਮਾਰਨੀ ਤਾਂ ਬੇਬੇ ਨੇ ਤਿੰਨ ਵਾਰ ਆਖਣਾ ਆਈ ਜੀ 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 ਜੀ। ਹੁਣ ਜਦੋਂ ਆਵਾਜ਼ ਮਾਰੀ ਕਹਿੰਦੀ ਹਾਂ, ਜਦੋਂ ਪੁੱਤ ਤੁਹਾਡੀ ਵਾਰੀ ਆਉਣੀ ਉਹਨੇ ਆਖਣਾ ਕੀ ਆ, ਤੁਸੀਂ ਆਖਣਾ ਚਾਹ ਪੀਣੀ ਆ, ਉਹਨੇ ਆਖਣਾ ਰਸੋਈ ਦੋ ਕੱਪ ਬਣਾ ਕੇ ਲਿਆ ਪਤੰਦਰਾ, ਇੱਕ ਤੂੰ ਪੀ ਲਈ ਇੱਕ ਮੈਨੂੰ ਦੇ ਦੀ, ਇੱਕੋ ਕੰਮ ਰਹਿ ਗਿਆ। ਉਹ ਕਿਹੜਾ ਜੀ? ਤੇਰੇ ਕਰਕੇ ਹੀ ਤੇਰੇ ਸ਼ਹਿਰ ਆਈਦਾ ਸ਼ਹਿਰ ਆਈਦਾ ਤਿੰਨ ਚੜ੍ਹਦੇ ਨਾ ਪਹਿਲੇ ਪੈਰ ਆਈਦਾ, ਕਿੰਨਾ ਚਿਰ ਹੋਰ ਤੜੂ ਭਾਵੇਂ ਕਿੰਨੀ ਸਾਡੇ ਗੇੜਿਆਂ ਦਾ, ਗੇੜਿਆਂ ਦਾ ਕਦਮ ਭਾਵੇਂ ਕਿੰਨੀ ਸਾਡੇ ਗੇੜਿਆਂ ਦਾ, ਗੇੜਿਆਂ ਦਾ ਕਦਮ ਭਾਵੇਂ ਕਿੰਨੀ ਸਾਡੇ ਗੇੜਿਆਂ।
ਆਈਦਾ ਤਿੰਨ ਚਾਰ ਦਿਨ ਪਿੰਡ ਪਹਿਰ ਆਈਦਾ ਕਿੰਨਾ ਚਿਰ ਹੋਰ ਤੈਨੂੰ ਭਾਵੇਂ ਕਿ ਨਹੀਂ ਸਾਡੇ ਗੇੜਿਆਂ ਦਾ ਕਿਹੜਿਆਂ ਦਾ ਕਹਿੰਦਾ ਭਾਵੇਂ ਕਿ ਨਹੀਂ ਸਾਡੇ ਗੇੜਿਆਂ ਦਾ ਕਿਹੜਿਆਂ ਦਾ ਕਹਿੰਦਾ ਮੈਨੂੰ ਭਾਵੇਂ ਕਿ ਨਹੀਂ ਸਾਡੇ ਗੇੜਿਆਂ ਦੇਸੀ ਬੁਆਏ ਕਿੱਥੇ ਆਖਿਆ ਲੱਗਦਾ ਕਹਿੰਦਾ ਸਾਰਿਆਂ ਚ ਦੱਸ ਤੇਰਾ ਲੱਗਦਾ ਮੈਂ ਕੀ ਨਹੀਂ ਕੀ ਦੱਸੇ ਸਾਰਿਆਂ ਚ ਮੇਰਾ ਕੀ ਲੱਗਦਾ ਪੜ੍ਹੀ ਲਿਖੀ ਬੜਾ ਸੁਲਝਿਆ ਜਵਾਬ ਦਿੱਤਾ ਜੇ ਕਿਤੇ ਅਨਪੜ੍ਹ ਹੁੰਦੀ ਤੇ ਬਊਏ ਨੂੰ ਬਿਹਾਰੀ ਤੇ ਰਾਰਾ ਪਾ ਦੇਣਾ ਸੀ ਤੇ ਕਰ ਦੇਣਾ ਸੀ ਉਹਦਾ ਬੇੜਾ ਗਰਕ ਪੜ੍ਹੀ ਲਿਖੀ ਬੜਾ ਖੂਬਸੂਰਤ ਜਵਾਬ ਦਿੱਤਾ ਜਰਾ ਗੌਰ ਕਰ ਕਿਸਮਤ ਪ੍ਰੀਮੇ ਬਣੀ ਬਾਦੀਆਂ ਜੱਟੀਆਂ ਜੇ ਮੇਰੇ ਉੱਤੋਂ ਜਾਨੀ
ਓਏ ਬਾਹਰ ਦੀਆਂ ਜੱਟੀਆਂ ਜੇ ਮੇਰੇ ਉੱਤੇ ਜਾਨ ਨੀ, ਸਾਰਿਆਂ ਚ ਰੱਖ ਅੱਜ ਮਿੱਤਰਾਂ ਦਾ ਮਾਣ ਨੀ। ਜੀ ਜੀ ਦਾ ਵੀ ਬੜਾ ਜੱਗ ਹੁੰਦਾ ਜੀ, ਜਦੋਂ ਤੇ ਬੰਦੇ ਦਾ ਹੁੰਦਾ ਨਵਾਂ ਨਵਾਂ ਵਿਆਹ, ਦੋ ਕੁ ਸਾਲ ਬੜਾ ਜੀ ਜੀ ਹੁੰਦਾ। ਪਾਣੀ ਲਿਆਵਾਂ ਜੀ, ਚਾਹ ਲਿਆਵਾਂ ਜੀ, ਰੋਟੀ ਪਕਾ ਦਿਆਂ ਜੀ, ਕੱਪੜੇ ਪ੍ਰੈਸ ਕਰਦਿਆਂ ਜੀ। ਜਦੋਂ ਤਿੰਨ ਚਾਰ ਸਾਲ ਲੰਘ ਜਾਂਦੇ ਨੇ, ਇੱਕ ਦੋ ਜਵਾਕ ਹੋ ਜਾਂਦੇ ਨੇ, ਯਕੀਨ ਕਰਕੇ ਜਾਣਿਓ ਬੰਦਾ ਜੀ ਭਾਲਦਾ ਹੀ ਮਰ ਜਾਂਦਾ, ਸਾਲਾ ਜੀ ਗਿਆ ਕਿੱਥੇ। ਬੰਦਾ ਬਾਹਰ ਖੇਤਾਂ 'ਚ ਕੰਮ ਕਰਦਾ ਆਇਆ ਥੱਕਿਆ ਟੁੱਟਿਆ, ਉਹਨੇ ਵੀ ਸਵੇਰੇ ਪਹਿਲਾਂ ਸਵੇਰੇ ਸਵਖਤ ਤਿਆਰ ਕਰਕੇ ਨਿਆਣੇ ਸਕੂਲ ਭੇਜੇ ਨੇ, ਧਾਰਾਂ ਕੱਢੀਆਂ ਨੇ, ਪੰਡ ਲੀੜਿਆਂ ਦੀ ਧੋਤੀ ਹੈ, ਟੋਕਰਾ ਭਾਂਡਿਆਂ ਦਾ ਮਾਂਜਿਆ, ਵਿਹੜਾ ਸੁੰਬਰਿਆ, ਥੱਕ ਟੁੱਟ ਕੇ ਤੇ ਤਰੇਕ ਥੱਲੇ ਮੰਜੀ ਡਾ ਕੇ ਲੰਮੇ ਪਈ ਹੈ। ਉਹ ਮੇਰੇ ਵਰਗਾ ਜੀ ਭਾਲਦਾ ਹੁੰਦਾ ਹੈ, ਅੱਜ ਘਰ ਆਇਆ, ਅੱਜ ਕੋਈ ਜੀ ਨਹੀਂ।
ਮੰਜੇ ਦਾ ਗੇੜਾ ਘੱਤਿਆ, ਇੱਕ ਘੱਤ, ਦੋ ਘੱਤ, ਤਿੰਨ ਘੱਤ, ਕੋਈ ਜੀ ਨਹੀਂ। ਹੌਲੀ ਜੀ ਕਹਿੰਦਾ ਰੋਟੀ ਖਾਣੀ ਹੈ, ਸਤੀ ਹੁੰਦੀ ਸਵੇਰ ਦੀ ਕੰਮ ਕਰਕੇ। ਔਰ ਰਸੋਈ ਕਹਿੰਦੀ, ਰਸੋਈ ਦੇ ਵਿੱਚ ਹੀ ਆਲਾ, ਆਲੇ 'ਚ ਹੀ ਪਰਾਤ, ਪਰਾਤ 'ਚ ਹੀ ਰੋਟੀਆਂ, ਉੱਤੇ ਮੁੱਦੀ ਮਾਰੀ ਚੰਗੇਰ, ਉੱਥੋਂ ਫੜ ਕੇ ਤੇ ਖਾ ਲਾ ਡੱਫਣੀ ਡੱਫਲਾ, ਮੈਂ ਤੇਰੇ ਪਿਓ ਦੀ ਨੌਕਰੀ ਵਿਹਲੀ ਹੈ ਸਵੇਰ ਦੀ। ਯਕੀਨ ਕਰਕੇ ਜਾਣਿਓ, ਜਿਹੜੇ ਵਿਆਹੇ ਜੀ ਉਹਨਾਂ ਨੂੰ ਪਤਾ, ਬੰਦਾ ਜੀ ਭਾਲਦਾ ਹੀ ਮਰ ਜਾਂਦਾ, ਸਾਲਾ ਜੀ ਗਿਆ ਕਿੱਥੇ, ਜੀ ਨਹੀਂ ਦੱਬ। ਉਹ ਪਿਆਰ ਨਾ ਬੁਲਾਵੀ ਫਿਰ ਕਹਿ ਕੇ ਜੀ ਜੀ ਜੀ, ਸਾਰੇ ਨੂੰ ਦੱਸ ਤੇਰਾ ਲੱਗਦਾ ਮੱਕੀ, ਸਾਰੇ ਨੂੰ ਦੱਸ ਤੇਰਾ ਲੱਗਦਾ ਮੱਕੀ। ਤੇਰੀ ਮਾਂ ਨੇ ਵੰਡਣੇ ਭਾਂਡੇ ਵੇ ਨਾ ਜਾਈ ਬਸ਼ਰਮਾ ਵਾਂਡੇ, ਇੱਕ ਥਾਲੀ ਆਊਗੀ ਵੇ ਸਰਦਾਰਾ, ਇੱਕ ਥਾਲੀ ਨਾਲ ਹੋਣਾ ਨਹੀਂ ਗੁਜ਼ਾਰਾ। ਤੁਸੀਂ ਥੋੜਾ ਗਾਣਾ ਸੁਣਿਆ, ਅੱਜ ਤੁਹਾਨੂੰ ਸਾਰਾ ਹੀ ਸੁਣਾ ਕੇ ਜਾਣਾ। ਬੀਬੀ ਕਹਿੰਦੀ ਆ, ਇੱਕ ਥਾਲੀ ਨਾਲ ਗੁਜ਼ਾਰਾ ਨਹੀਂ ਹੁੰਦਾ, ਥਾਲੀ ਵਧਾ ਦਿੰਦੇ ਆ। ਕਹਿੰਦੀ ਇੱਕ ਕੈਂਠੇ ਨਾਲ ਗੁਜ਼ਾਰਾ ਨਹੀਂ ਹੁੰਦਾ, ਇਹਨੂੰ ਕੈਂਠਾ ਵੀ ਵਧਾ ਦਿੰਦੇ ਆ। ਇੱਕ ਮੰਜੇ ਨਾਲ ਗੁਜ਼ਾਰਾ ਨਹੀਂ ਹੁੰਦਾ, ਇਹਨੂੰ ਮੰਜਾ ਵਧਾ ਦਿੰਦੇ ਆ। ਬਿਸਤਰੇ ਨਾਲ ਗੁਜ਼ਾਰਾ ਨਹੀਂ ਹੁੰਦਾ, ਬਿਸਤਰਾ, ਜੋ ਚੀਜ਼ ਨਾਲ ਗੁਜ਼ਾਰਾ ਨਹੀਂ ਹੁੰਦਾ, ਚੀਜ਼ਾਂ ਵਧਾ ਦਿੰਦੇ ਆ। ਸਾਰੀਆਂ ਚੀਜ਼ਾਂ ਲੈ ਕੇ ਜੇ ਫਿਰ ਕਹਿੰਦੀ ਆ ਵੀ ਗੁਜ਼ਾਰਾ ਨਹੀਂ ਹੁੰਦਾ, ਜੇ ਫਿਰ ਵੀ ਕਹਿੰਦੀ ਗੁਜ਼ਾਰਾ ਨਹੀਂ ਹੁੰਦਾ, ਤਾਂ ਫਿਰ ਇੱਕ ਚੀਜ਼ ਹੋਰ ਦਿੰਦੇ ਹਾਂ। ਉਹਨੂੰ ਉਰਦੂ 'ਚ ਕਹਿੰਦੇ ਨੇ ਤਲਾਕ, ਤਲਾਕ ਅਤੇ ਤਲਾਕ। ਉਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਡਾਈਵੋਰਸ, ਅਤੇ ਉਹਨੂੰ ਚਾਚੇ ਪਿਛਨੇ ਵਰਗਾ ਜੇ ਕਿਤੇ ਬਹੁਤਾ ਸਤਿਆ ਹੋਵੇ ਬੰਦਾ, ਤਾਂ ਇੰਨੇ 'ਚ ਕੰਮ ਨਿਬੇੜ ਦਿੰਦਾ, ਕਹਿੰਦਾ ਛੱਡਦੀ ਆ। ਉਹਨੂੰ ਪੁੱਛੀ ਚਾਚਾ ਕੀ ਗੱਲ ਹੋਇਆ, ਕਿਉਂ ਛੱਡਦੀ, ਉਹਦਾ ਨਹੀਂ ਬਣੀ ਤਾਂ ਛੱਡਦੀ। ਅੱਜ ਚੀਜ਼ਾਂ ਲੈ ਕੇ ਜਾਂ ਤਾਂ ਕਰੇਂਗੀ ਗੁਜ਼ਾਰਾ, ਅਤੇ ਜਾਂ ਫਿਰ ਅੱਜ ਚਾਚਾ ਪਿਛਨਾ ਜਿੰਦਾ ਬਾਅਦ ਹੀ ਅੱਜ ਫਿਰ ਛੱਡਦੀ ਸਾਰਿਆਂ ਦੇ ਸਾਹਮਣੇ। ਤੇਰੀ ਮਾਂ ਨੇ ਮੰਡੜੇ ਭਾਂਡੇ ਮੈਨੂੰ, ਬੀਬੀਆਂ ਜਿਹੜੀ ਜ਼ਿਆਦਾ ਗੁੱਸੇ 'ਚ ਆਈਆਂ ਹੁੰਦੀਆਂ, ਕੀ ਕਹਿੰਦੀਆਂ ਗੁਰਪ੍ਰੀਤ? ਕਦੋਂ ਵੇ ਤੇਰੀ ਮਾਂ ਨੇ ਵੰਡਣੇ ਭਾਂਡੇ, ਵੇ ਨਾ ਜਾਈ ਬਛਰਮਾ ਵਾਂਡੇ, ਹਟ ਜਾ ਹਟ ਜਾ ਹਟ ਜਾ। ਅਲਾ ਗੁੱਡ ਵੇ ਤੇਰੀ ਮਾਂ ਨੇ ਵੰਡਣੇ ਭਾਂਡੇ, ਵੇ ਨਾ ਜਾਈ ਬਛਰਮਾ ਵਾਂਡੇ, ਵੀ ਕਥਾਲੀ ਆਊਗੀ ਥੋੜੀ ਆ ਵੇ ਸਰਦਾਰ। ਤੇਰੀ ਮਾਂ ਨੇ ਵੰਡਣੇ ਭਾਂਡੇ, ਵੇ ਨਾ ਜਾਈ ਬਛਰਮਾ ਵਾਂਡੇ,
ਅਸੀਸਾਂ ਦੇ ਕਾਬਲ ਨਹੀਂ ਹੋਣਾ ਚਾਹੀਦਾ, ਇਸ ਬੰਦੇ ਨੂੰ ਅਸੀਸ ਨਹੀਂ ਮਿਲਣੀ ਚਾਹੀਦੀ ਜਿਹੜਾ ਆਹ ਕੰਮ ਕਰੇ। ਮੇਰੇ ਵੀਰ ਨੇ ਬਿੱਕਰ ਤੇ ਮੋਬਾਈਲ ਆਦਾ ਯਾਰ ਉੱਪਰ ਆ ਜਾ, ਬੜਾ ਅੱਛਾ ਮੇਰਾ ਬ੍ਰਦਰ ਦੀ ਕਲਮ ਬੜੀ ਪਿਆਰੀ ਹੈ, ਬੜਾ ਅੱਛਾ ਸਿੰਗਰ ਹੈ। ਇਹ ਬੰਦੇ ਨੇ ਲਾਲ ਜਿਹਾ ਪਜਾਮਾ ਕੁੜਤਾ ਪਾਇਆ, ਜੱਟ ਜਿਹਾ ਬਣਿਆ, ਪਰ ਮੁਲਕ ਨੇ ਸਾਰੇ ਗਾ ਲਿਆ। 10-12 ਤਰੀਕ ਨੂੰ ਮੇਰਾ ਵੀਰ ਚੱਲਿਆ ਇੰਗਲੈਂਡ, ਵੀ ਬਹੁਤ ਅੱਛਾ ਲਿਖਦਾ। ਤੁਹਾਡੀ ਨਜ਼ਰ ਆਹ ਬੰਦਾ ਅਸੀਸਾਂ ਦੇ ਕਾਬਲ ਨਹੀਂ ਹੁੰਦਾ, ਬੈਠੋ ਪਲੀਜ਼। ਜਿਹੜਾ ਬੰਦਾ ਆਹ ਕੰਮ ਕਰਦਾ ਉਹਨੂੰ ਅਸੀਸ ਨਹੀਂ ਮਿਲਣੀ ਚਾਹੀਦੀ। ਜੇ ਮੈਂ ਆਹ ਕੰਮ ਕਰਦਾ ਤਾਂ ਮੈਨੂੰ ਅਸੀਸ ਨਹੀਂ ਮਿਲਣੀ ਚਾਹੀਦੀ। ਭਾਅ ਜੀ ਕਿਹੜਾ, ਗੌਰ ਕਰਕੇ ਸੁਣੋ। ਹਾਂਜੀ
ਸੁਣ ਲਾਲ ਮੇਰੇ ਭਾਜੀ ਡੇਰਿਆਂ ਵਾਲੀ ਬਸਤੀ ਦੇ ਸਰਪੰਚ ਸਾਹਿਬ ਬਹੁਤ ਸਾਰਾ ਮਾਣ ਕਰਦੇ ਨੇ, ਮਸ਼ਕੂਰ ਹਾਂ ਭਾਜੀ ਸਰਪੰਚ ਸਾਹਿਬ ਨੇ ਮਾਣ ਕੀਤਾ ਤਾਂ ਤੁਹਾਨੂੰ ਸਾਰਿਆਂ ਨੂੰ ਆਦਤ ਪਵੇ ਰੱਬ ਕਰਕੇ। ਉਹ ਕਦੀ ਰੱਬ ਨੂੰ ਦਿਲੋਂ ਧਿਆਨਾ ਸੁਣਨ ਵਾਲੀ ਗੱਲ ਹੈ ਭਾਜੀ, ਪਲੀਜ਼ ਸੁਣ ਕੇ ਜਗਾਰ ਕਰ। ਕਦੀ ਰੱਬ ਨੂੰ ਦਿਲੋਂ ਧਿਆਨਾ ਮੈਂ ਹੱਕਦਾਰ ਨਹੀਂ ਸੀ ਸਾਂਦਾ, ਮਾਂ ਪਿਓ ਰੱਬ ਦਾ ਰੂਪ ਹੁੰਦੇ ਕਦੀ ਪੈਰਾਂ ਨੂੰ ਹੱਥ ਲਾਇਆ ਨਾ, ਮੈਂ ਹੱਕਦਾਰ ਨਹੀਂ ਸੀ ਸਾਂ। ਉਹ ਦਰਿਆ ਮੰਗਤਾ ਮੋੜ ਦਿੱਤਾ ਕਦੀ ਖੈਰ ਝੋਲੀ ਵਿੱਚ ਪਾਇਆ ਨਾ, ਮੈਂ ਹੱਕਦਾਰ ਨਹੀਂ ਸੀ ਸਾਂ। ਬਿਕਰਾ ਮਰ ਗਏ ਆਖਿਰ ਖਾਕ ਹੋਣਾ ਕਦੀ ਖਾਕ ਨੂੰ ਮਸਤਕ ਲਾਇਆ ਨਾ, ਮੈਂ ਹੱਕਦਾਰ ਨਹੀਂ ਸੀ ਸਾਂ। ਹੱਕਦਾਰ ਨਹੀਂ ਸੀ ਸਾਂ ਦਾ, ਹੱਕਦਾਰ ਨਹੀਂ ਸੀ ਸਾਂ। ਕਲਹਿਰੀਆ ਮੋਰਾ ਵੇ ਇੱਕ ਮੇਰਾ ਗਾਣਾ ਕੱਲੇ ਨੇ ਮੈਂ ਗਾਇਆ, ਕਲਹਿਰੀ ਮੋਰਾ ਕਲਹਿਰੀਆ ਮੋਰਾ ਵੇ ਮੈਂ ਨੀ ਤੇਰੇ ਰਹਿੰਦੀ, ਬੁੱਤ ਦਾ ਤੇ ਰੂਹ ਦੀ ਗੱਲਬਾਤ। ਰੂਹ ਦੀ ਤੇ ਬੁੱਤ ਦੀ ਗੱਲਬਾਤ, ਰੂਹ ਬੁੱਤ ਨੂੰ ਕੀ ਕਹਿੰਦੀ ਹੈ ਵੀ ਤੇਰੇ ਵਰਗੇ ਬੜੇ ਰਾਜੇ ਮਹਾਰਾਜੇ ਇੱਥੇ ਆਏ ਇਤਨਾ ਹੀ ਫੜੇ ਤੇ ਲੈ ਗਈ, ਤੂੰ ਤੇ ਚੀਜ਼ ਹੀ ਕੁਝ ਨਹੀਂ, ਕੀ ਕਹਿੰਦੀ ਆ। ਜਾਂਦੀ ਜਾਂਦੀ ਓ ਰੂਹ ਨੀ ਮਾਣੀ, ਜਾਂਦੀ ਜਾਂਦੀ ਰੂਹ ਨੀ ਮਾਣੀ ਬੁੱਤ ਨੂੰ ਇਹ ਗੱਲ ਕਹਿੰਦੀ। ਕਲਹਿਰੀਆ ਮੋਰਾ ਵੇ ਮੈਂ ਨੀ ਤੇਰੇ ਰਹਿੰਦੀ, ਮੈਂ ਹਾਂ ਨੂਰੀ ਤੇਰਾ ਮੇਰਾ ਮੇਲ ਨਹੀਂ। ਇਹ ਨੇ ਧੁਰ ਦਰਗਾਹ ਆਈਆਂ ਬੇਸਮਝਾ ਕੋਈ ਖੇਲ ਨਹੀਂ, ਉਹ ਤੂਫਾਨੀ ਤੇ ਮੈਂ ਹਾਂ ਨੂਰੀ ਤੇਰਾ ਮੇਰਾ ਮੇਲ ਨਹੀਂ। ਇਹ ਨੇ ਧੁਰ ਦਰਗਾਹ ਆਈਆਂ ਬੇਸਮਝਾ ਕੋਈ ਖੇਲ ਨਹੀਂ, ਫਿਰ ਵੀ ਤੇਰੀ ਖਾਤਰ ਵੇ ਮੈਂ, ਫਿਰ ਵੀ ਤੇਰੀ ਖਾਤਰ ਵੇ ਮੈਂ ਕਦੇ ਕਦੇ ਤੂੰ ਫਸ। ਕਲਹਿਰੀਆ ਕਲਹਿਰੀਆ ਮੋਰਾ ਵੇ ਮੈਂ ਨੀ ਤੇਰੇ ਰਹਿੰਦੀ, ਕਲਹਿਰੀਆ ਮੋਰਾ ਵੇ ਮੈਂ ਨੀ ਤੇਰੇ ਰਹਿੰਦੀ।
ਬੜੇ ਬੜੇ ਜੋ ਬਲੀ ਕਹਾਏ ਉਹ ਵੀ ਮੈਥੋਂ ਹਾਰ ਗਏ। ਸ਼ਾਹ ਸਿਕੰਦਰ ਰੁਸਤਮ ਵਰਗੇ ਸੁਨਾ ਛੱਡ ਘਰ ਬਾਰ ਗਏ। ਕੋਈ ਨਾ ਚੱਲਦੀ ਪੇਸ਼ ਕਿਸੇ ਦੀ, ਕੋਈ ਨਾ ਚੱਲਦੀ ਪੇਸ਼ ਕਿਸੇ ਦੀ, ਅੰਤ ਨੂੰ ਮੈਂ ਚੁੱਕ ਲੈਂਦੀ ਕਲਹਿਰੀਆ ਕਲਹਿਰੀਆ ਮੋਰਾ ਵੇ ਮੈਂ ਨੀ ਤੇਰੇ ਕਲਹਿਰੀਆ ਮੋਰਾ ਵੇ ਮੈਂ ਨੀ ਤੇਰੇ ਬਿੰਦੀ। ਦੇ ਵਿੱਚ ਬੈਠੀ ਤੱਕ ਕੇ ਤੂੰ ਸਮਝੇ ਮੈਂ ਕੈਦ ਹੋਈ, ਟੀਲੇ ਤੋੜ ਕੇ ਉੱਡ ਜਾਣਾ ਮੈਂ ਪੂਰੀ ਜਦੋਂ ਨੂੰ ਮੈਦ ਹੋਈ। ਪਿੰਜਰੇ ਦੇ ਵਿੱਚ ਬੈਠੀ ਤੱਕ ਕੇ ਤੂੰ ਸਮਝੇ ਮੈਂ ਕੈਦ ਹੋਈ, ਟੀਲੇ ਤੋੜ ਕੇ ਉੱਡ ਜਾਣਾ ਮੈਂ ਪੂਰੀ ਜਦੋਂ ਨੂੰ ਮੈਦ ਹੋਈ। ਪੀਰੀਆ ਤੇਰੇ ਵਰਗੇ ਮੈਂ ਨਾ, ਪੀਰੀਆ ਤੇਰੇ ਵਰਗੇ ਮੈਂ ਨਾ ਦੁਨੀਆਂ ਦੇ ਆਪਣੇ ਬੜੇ ਰਿਸ਼ਤੇ ਨੇ ਪਰ ਮਾਂ ਪੁੱਤ ਦਾ ਰਿਸ਼ਤਾ ਜਿਹੜਾ ਅਜੀਬ ਹੈ। ਮਾਵਾਂ ਦੇ ਦੇਣ ਪੁੱਤ ਨਹੀਂ ਦੇ ਸਕਦੇ ਭਾਵੇਂ 7 ਜਨਮ ਲੈ ਲੈਣ ਭਾਵੇਂ 50 ਜਨਮ ਲੈ ਲੈਣ, ਮਾਵਾਂ ਦਾ ਦੇਣ ਨਹੀਂ ਦੇ ਸਕਦੇ। ਜਿਹੜਾ ਗੌਰ ਕਰਕੇ ਸੁਣਿਓ, ਇੱਕ ਇੱਕ ਗੱਲ ਬੜੀ ਕੀਮਤੀ ਲਿਖੀ ਹੈ ਕਾਲਾ ਨਿਜ਼ਾਮਪੁਰੀ ਦਾ ਲਿਖਿਆ ਗੀ, ਤੁਹਾਡੀ ਨਜ਼ਰ ਹੈ। ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜ਼ੇ ਮਾਵਾਂ ਦੇ, ਜਿਹੜਾ ਗੌਰ ਕਰਕੇ ਸੁਣੋ ਪਲੀਜ਼ ਮੇਰੇ ਬੰਨੇ। ਸਰਦਾਰ ਸੁਵੇਕ ਸਿੰਘ ਜੀ ਬਹੁਤ ਸਾਰਾ ਮਾਣ ਕੀਤਾ, ਮੈਂ ਤਹਿ ਦਿਲ ਤੋਂ ਮਸ਼ਕੂਰ। ਸੇਵਾਦਾਰ ਸਰਦਾਰ ਕਸ਼ਮੀਰ ਸਿੰਘ ਜੀ, ਬਾਬਾ ਜੀ ਦੇ ਨਾਂ ਤੋਂ ਬਹੁਤ ਸਾਰਾ ਮਾਣ ਕੀਤਾ, ਮੈਂ ਤਹਿ ਦਿਲ ਤੋਂ ਮਸ਼ਕੂਰ ਹਾਂ। ਸ਼ਮਸ਼ੇਰ ਸਿੰਘ ਸੌਰੀ ਇਹ ਅਨਪੜ੍ਹ ਆ ਜੀ, ਸਾਡੇ ਨੂੰ ਅੰਗੂਠਾ ਅਜੇ ਤੱਕ ਲਾਉਣਾ ਨਹੀਂ ਹੁੰਦਾ, ਜਦੋਂ ਅੰਗੂਠਾ ਰਾਸ਼ਨ ਵੀ ਆਇਆ ਹੋਵੇ ਨਾ ਅੰਗੂਠਾ ਫਿਰ ਵੀ ਜ਼ਬਾਨ ਨਾ ਲਾ ਕੇ ਐਂ ਕਰਕੇ ਲਾਉਂਦਾ ਅਜੇ ਵੀ। ਇਹ ਤੁਹਾਡੀ ਨਜ਼ਰ ਸਾਰੀ ਉਮਰ ਨਹੀਂ ਦੇ ਸਕਦੇ। ਮੈਂ ਬੇਨਤੀ ਕਰਦਾ ਵੀ ਇੱਕ ਗੱਲ ਸੁਣਿਓ, ਮੇਰਾ ਮੇਰਾ ਖਿਆਲ ਹੈ ਵੀ ਤੁਹਾਨੂੰ ਚੰਗੀ ਲੱਗੂਗੀ, ਕਿਉਂਕਿ ਬੜੀ ਮਹਿੰਗੀਆਂ ਗੱਲਾਂ ਲਿਖੀਆਂ ਨੇ। ਜਿਹੜਾ ਗੌਰ ਕਰਕੇ ਸੁਣਿਓ, ਮਾਵਾਂ ਦਾ ਅਤੇ ਪੁੱਤ ਦਾ ਸਾਰੇ ਰਿਸ਼ਤੇ ਉਹਨੇ ਲਿਖੇ ਨੇ, ਸਾਡੇ ਸਾਰੇ ਰਿਸ਼ਤੇ, ਸਾਡੀ ਜ਼ਿੰਦਗੀ ਸਾਡੇ ਵਾਸਤੇ ਕੀ ਅਹਿਮੀਅਤ ਰੱਖਦੇ ਨੇ, ਪਰ ਮਾਂ ਰੱਬ ਰੱਬ ਦਾ ਨਾਂ ਭਾਵੇਂ ਕਹਿੰਦੇ ਬਾਅਦ 'ਚ ਲੈ ਲਓ, ਪਹਿਲਾਂ ਪਹਿਲਾਂ ਮਾਂ। ਗੌਰ ਕਰਕੇ ਸੁਣੋ, ਹੈਲੋ ਹੈਲੋ ਓ ਤੁਸੀਂ ਰਾਜੀ ਜੇ ਆਪਣਾ ਰੱਬ ਕਰਨਾ। ਸਰਦਾਰ ਪਰਮਿੰਦਰ ਸਿੰਘ ਜੀ ਪਹਿਲਾਂ ਵੀ ਬੜਾ ਮਾਣ ਕੀਤਾ, ਫਿਰ ਮਾਣ ਕੀਤਾ, ਮਸ਼ਕੂਰ ਆ, ਧੰਨਵਾਦ ਹੈ ਜੀ। ਤੁਸੀਂ ਰਾਜੀ ਜੇ ਆਪਣਾ ਰੱਬ ਕਰਨਾ, ਓਏ ਮਾਂ ਦੀ ਖਿਦਮਤ ਤੁਸੀਂ ਰੱਜ ਰੱਜ ਕਰਨਾ। ਆਪਣੀ ਮਾਂ ਨੂੰ ਪਿਆਰ ਨਾਲ ਵੇਖ ਲੈਣਾ,
ਓਏ ਘਰ ਬੈਠਿਆ ਜਿਨੇ ਵੀ ਹੱਜ ਓਏ ਗੱਲ ਨਹੀਂ ਸੀ ਆਉਂਦੀ ਮੂੰਹ ਖੋਲਣਾ ਨਹੀਂ ਆਉਂਦਾ ਸੀ ਉਦੋਂ ਕਿਹਾ ਮਾਂ ਜਦੋਂ ਬੋਲਣਾ ਨਹੀਂ ਆਉਂਦਾ ਸੀ ਪੈਰਾਂ ਉੱਤੇ ਬੈਠਣ ਤੋਂ ਪੈਰਾਂ ਤੇ ਖਲੋਣ ਤੱਕ ਮਾਂ ਮੇਰੀ ਕਦੇ ਵੀ ਨਹੀਂ ਸੁੱਤੀ ਮੇਰੇ ਸੌਣ ਤੱਕ ਹੁਬ ਮੇਰੀ ਜੀ ਦੇ ਜਗਰਾਤਿਆਂ ਦਾ ਫਲ ਹੈ ਸਾਰੀ ਰਾਤ ਨਾਲ ਜਿਹਨੂੰ ਜਾਗਣੇ ਦਾ ਵਲ ਇੱਕ ਵੀ ਨਾ ਦੁੱਖ ਨੇੜੇ ਆਉਣ ਜਿਹਨੇ ਦਿੱਤਾ ਤੇ ਵਾਲ ਵੀ ਨੀ ਵਿੰਗਾ ਮੇਰਾ ਹੁਣ ਜਿਹਨੇ ਦਿੱਤਾ ਓਏ ਲੱਖਾਂ ਹੀ ਸਿਕੰਦਰਾਂ ਨੂੰ ਪੈਦਾ ਜਿਹਨੇ ਕੀਤਾ ਉਹਦੀ ਇੱਕ ਰਾਤ ਦਾ ਮੁੱਲ ਕਿਹਨੇ ਦਿੱਤਾ ਪੁੱਤ ਕਪੁੱਤ ਤੇ ਹੋ ਜਾਂਦੇ ਮਾਪੇ ਨਾ ਹੋਣ ਕਮਾਪੇ ਮਾਂ ਤੇ ਰੱਬ ਦਾ ਨਾਂ ਦੂਜਾ ਏ ਸਾਰੀ ਦੁਨੀਆ ਆਖੇ ਮਾਂ ਦੀਆਂ ਦੁਆਵਾਂ ਬਦਲ ਦੇਣ ਸਭ ਰੁੱਖ ਬਲਾਵਾਂ ਦੇ ਓ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜ਼ੇ ਮਾਵਾਂ ਦੇ ਓ ਲਹੂ ਵਿੱਚ ਰਚੀ ਮੇਰੇ ਖੰਡ ਜੀ ਦੇ ਸੀਨੇ ਦੀ ਓਏ ਨਿੱਗ ਜੀ ਦੀ ਗੋਦੀ ਦਾ ਤੇ ਠੰਡ ਜੀ ਦੇ ਸੀਨੇ ਕੁੱਖ ਵਿੱਚ ਰੱਖ ਕੇ ਤੇ ਸਾਹ ਦੇਣ ਵਾਲੀ ਮਾਂ ਸੀਨੇ ਨਾਲ ਲਾ ਕੇ ਤੇ ਦੁਆ ਦੇਣ ਵਾਲੀ ਮਾਂ ਉਹ ਸੁਣਿਆ ਜ਼ਮਾਨੇ 'ਚ ਫਰਿਸ਼ਤੇ ਵੀ ਹੁੰਦੇ ਨੇ ਨਾਲ ਸਾਹ ਲੈਣ ਵਾਲੇ ਰਿਸ਼ਤੇ ਵੀ ਹੁੰਦੇ ਨੇ ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨਹੀਂ ਵੇਖਿਆ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ ਵੇਖੀ ਓਏ ਦੁਨੀਆ ਖਰੀਦ ਲੈਂਦਾ ਬੰਦਾ ਜਦੋਂ ਚਾਹੁੰਦਾ ਏ ਤੇ ਬੱਤੀਆਂ ਧਾਰਾਂ ਦਾ ਉਧਾਰ ਕੌਣ ਲਾਉਂਦਾ ਇਹ ਬੱਤੀ ਧਾਰਾਂ ਕੀ ਹੁੰਦੀਆਂ ਮੈਨੂੰ ਵੀ ਨਹੀਂ ਸੀ ਪਤਾ ਪਰ ਮੈਂ ਰਾਈਟਰ ਨੂੰ ਪੁੱਛਿਆ ਵੀ ਬਾਬਾ ਜੀ ਮੈਨੂੰ ਦੱਸ ਤਾਂ ਸਹੀ ਬੱਤੀ ਧਾਰਾਂ ਕੀ ਹੁੰਦੀਆਂ ਜੇ ਕਿਸੇ ਨੇ ਮੈਨੂੰ ਪੁੱਛ ਲਿਆ ਮੈਂ ਕੀ ਜਵਾਬ ਦਊਂ ਉਹਨੇ ਮੈਨੂੰ ਫਿਰ ਦੱਸਿਆ ਵੀ ਜਦੋਂ ਬੱਚਾ ਜਨਮ ਲੈਂਦਾ ਜੀ ਤੇ ਮਾਂ ਜਦੋਂ ਆਪਣਾ ਨੀਰ ਪਿਆਉਂਦੀ ਉਹਨੂੰ ਤੇ ਮਾਂ ਦੇ ਨਿੱਪਲ 'ਚੋਂ ਬੱਤੀ ਛੇਕ ਹੁੰਦੇ ਨੇ ਬੱਤੀ ਧਾਰਾਂ ਇੱਕੇ ਦਮ ਮਾਂ ਬੱਚੇ ਦੇ ਮੂੰਹ 'ਚੋਂ ਵੱਜਦੀਆਂ ਨੇ ਬੱਤੀਆਂ ਧਾਰਾਂ ਦਾ ਉਧਾਰ ਕੌਣ ਲਾਉਂਦਾ ਈਸਾ ਵੀ ਮੂਸਾ ਵੀ ਨਾਨਕ ਵੀ ਰਾਮ ਵੀ ਇਹਦੀ ਗੋਦੀ ਵਿੱਚ ਖੇਡੇ ਰਾਜੇ ਸੁਲਤਾਨ ਨਿਜ਼ਾਮਪੁਰੀ ਕਾਲੇ ਅਸੀਂ ਸਾਮਾਂ ਬਾਪ ਦੀਆਂ ਤਾਰਨ ਓਏ ਮਾਪਿਆਂ ਦੇ ਸਰਵਣ ਬੱਚਿਆਂ ਤੋਂ ਦੇਵਤੇ ਖੁਸ਼ੀਆਂ ਵਾਰਨ ਮਾਂ ਦੀਆਂ ਦੁਆਵਾਂ ਬਦਲ ਦੇਣ ਸਭ ਰੁੱਖ ਬਲਾਵਾਂ ਦੇ ਸਾਰੀ ਉਮਰ ਨਹੀਂ ਦੇ ਸਕਦੇ ਉਹ ਪੁੱਤ ਕਰਦੇ ਮਾਵਾਂ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜ਼ੇ ਮਾਵਾਂ ਕਣਕ ਵੇਚ ਕੇ ਮਾਈਆ ਐਤਕੀ ਕੋਠੀ ਪਾਉਣੀ
ਮਾੜੇ ਬੰਦੇ ਦਾ ਕੰਮ ਦੱਸਦਾ ਤੁਹਾਨੂੰ ਆਪਾਂ, ਜਦੋਂ ਨੋਰਮਲ ਘਰਾਂ ਦੇ ਜਿਹੜੇ ਬੰਦੇ ਹੁੰਦੇ ਆ, ਕੋਠੀਆਂ ਕਿੱਥੇ ਪੈਂਦੀਆਂ ਭਾਜੀ, ਪੈਂਦੀਆਂ ਕਿਤੇ ਕੋਠੀਆਂ ਬੜੀਆਂ ਔਖੀਆਂ, ਉਹ ਕਹਿੰਦੀ ਆ ਆ ਜਾ ਭਾਈ ਕਿੱਥੇ ਆ, ਅੱਜ ਪਾ ਕੇ ਜਾਵਾਂਗੇ, ਅੱਜ ਜੋ ਮਰਜ਼ੀ ਹੋ ਜੇ, ਪਾਉਣੀ ਗੱਲੀ ਬਾਤੀ ਆ, ਕਿਹੜੀਆਂ ਇੱਟਾਂ ਸਟਾਉਣੀਆਂ ਨੇ, ਗੱਲੀ ਬਾਤੀ ਪਾਉਣੀ। ਖੈਰ ਕਹਿੰਦੀ ਕਣਕ ਵੇਚ ਕੇ ਮਾਈ ਐਤ ਕੀ ਕੋਠੀ ਪਾਉਣੀ ਹੈ, ਗੁਆਂਢਣ ਨੇ ਤਾਂ ਲਾਤੀ ਲੂਤੀ, ਕਹਿੰਦੇ ਚੰਦਰਾ ਗੁਆਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਆ ਦਿਓ ਭਾਜੀ, ਮੈਂ ਗੁਆਂਢ ਨੇ ਲੂਤੀ ਲਾਤੀ, ਕਹਿੰਦੀ ਤੁਹਾਡੇ ਘਰ 'ਚ, ਕਹਿੰਦੀ ਉਹ ਵਿਚਾਰਾ ਬੰਦਾ ਜ਼ਿਮੀਂਦਾਰ ਆ, ਆਪਾਂ ਸਾਰੇ ਜ਼ਿਮੀਂਦਾਰ ਆ, ਜਿਹੜਾ ਗੌਰ ਕਰਕੇ ਸੁਣਿਓ ਗੱਲਾਂ ਸੱਚੀਆਂ ਨੇ ਕਿ ਨਹੀਂ, ਬੰਦਾ ਜ਼ਿਮੀਂਦਾਰ ਆ, ਉਹ ਆਪਣੀਆਂ ਮਜਬੂਰੀਆਂ ਦੱਸੀ ਜਾਂਦਾ ਤੇ ਉਹ ਆਪਣੀਆਂ ਖਾਹਿਸ਼ਾਂ ਦੱਸੀ ਜਾਂਦੀ ਹੈ, ਬੰਦੇ ਦੀਆਂ ਮਜਬੂਰੀਆਂ ਵਿਚਾਰੇ ਦੀਆਂ ਵੱਡੀਆਂ ਹੁੰਦੀਆਂ ਜਾਂਦੀਆਂ। ਮੁਹੰਮਦ ਸਿੰਘ ਜਿੱਤ ਤੇ ਗਿਆ, ਖੁਸ਼ੀ ਤੇ ਹੁੰਦੀ ਆ ਜੀ। ਬਾਬਾ ਜੀ ਹੁਣ ਤੇ MP ਬਣ ਗਿਆ, ਜਾਣ ਦਿਓ ਗੁੱਸੇ ਨੂੰ ਯਾਰ, ਹੁਣ ਨਾ ਗਾਣੇ ਗੁਣੇ ਲਾਇਆ ਕਰੋ ਵਿਚਾਰੇ ਦੇ, ਸਾਡਾ ਸਾਹਿਬ ਬਣ ਗਿਆ MP ਬਣ ਗਿਆ ਹੁਣ। ਹਾਂਜੀ ਆ ਜਾਓ, ਉਹਦੀਆਂ ਬੰਦੇ ਦੀਆਂ ਮਜਬੂਰੀਆਂ ਵਿਚਾਰੇ ਦੀਆਂ ਵੱਡੀਆਂ ਛੋਟੀਆਂ ਹੁੰਦੀਆਂ ਜਾਂਦੀਆਂ ਨੇ, ਉਹਦੀਆਂ ਖਾਹਿਸ਼ਾਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ। ਯਾਰ ਸਾਡੇ ਨਾਲ ਕਿਉਂ ਤੇਰਾ ਵੈਰ ਆ ਭਰਾਵਾ, ਜਦੋਂ ਅਸੀਂ ਸ਼ੁਰੂ ਕਰਦੇ ਹਾਂ ਮਗਰ ਟੁੰਪ 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 ਟੁੰਪ, ਜਾਂ ਤੇ ਅਗਲਾ ਕਹਿੰਦਾ ਵੀ ਤੈਨੂੰ ਨਹੀਂ ਗਾਉਣ ਦੇਣਾ, ਪਿਓ ਦਾ ਪੁੱਤਾਂ ਜੋ ਮਰਜ਼ੀ ਕਰ। ਖੈਰ ਆ ਜਾਓ ਆਪਾਂ ਆਪਣਾ ਕੀ ਕਹਿੰਦੇ ਹੁੰਦੇ ਉਹ ਧੁੰਦ ਦੇ ਵਿੱਚ ਕੀ ਛੱਡਿਆ ਹੁੰਦਾ, ਨਹੀਂ ਨਹੀਂ ਘੋੜਾ ਨਹੀਂ ਹੋਰ ਹੁੰਦਾ, ਅਸੀਂ ਵੀ ਧੁੰਦ ਹੀ ਛੱਡ ਛੱਡਦੇ ਆਪਣਾ, ਕੋਈ ਗੱਲ ਨਹੀਂ। ਕਣਕ ਵੇਚ ਕੇ ਮਾਈ ਆਦ ਕੀ ਕੋਠੀ ਪਾਉਣੀ, ਆਪਾਂ ਸਾਰੇ ਜ਼ਿਮੀਂਦਾਰ ਆ, ਤੇ ਤੁਹਾਨੂੰ ਪਤਾ ਵੀ ਜੜਦੀਆਂ ਨੇ ਲਿਮਟਾਂ ਨਹੀਂ ਤਰਦੀਆਂ, ਵਿਚਾਰੇ ਦੀਆਂ ਕੋਠੀ ਕਿੱਥੋਂ ਪੈਣੀ ਆ, ਉਹ ਆਪਣੀਆਂ ਖਾਹਿਸ਼ਾਂ ਦੱਸੀ ਜਾਂਦੀ ਤੇ ਬੰਦਾ ਆਪਣੀਆਂ ਮਜਬੂਰੀਆਂ ਦੱਸੀ ਜਾਂਦਾ, ਜਰਾ ਗੌਰ ਕਰਕੇ ਪੀ ਸੁਣਿਓ। ਆ ਜਾ ਅੱਛਾ ਕਣਕ
ਦੇ ਪਹਿਲਾਂ ਹੀ ਲੈ ਕੇ ਖਾ ਗਏ ਨੀ ਅੱਧੇ ਧੋਨੇ ਤੇ ਵੀ ਆ ਗਏ ਉਹ ਸਮਣ ਬੈਂਕ ਵਾਲਾ ਵੀ ਦੇ ਗਏ ਸਮਣ ਬੈਂਕ ਵਾਲਾ ਵੀ ਦੇ ਗਏ ਜੋ ਕਰਜ਼ਾ ਲਿਆ ਉਧਾਰਾ ਨੀ ਤੇ ਫੇਰ ਕੱਚਿਆਂ ਨੂੰ ਹੀ ਲਿੰਬ ਪਹੁੰਚ ਕੇ ਕਰੀ ਗੁਜ਼ਾਰਾ ਕਣਕ ਦੇ ਪਹਿਲਾਂ ਹੀ ਲੈ ਕੇ ਖਾ ਗਏ ਨੀ ਅੱਧੇ ਝੋਨੇ ਦੇ ਵੀ ਆ ਗਏ ਕਣਕ ਦੇ ਪਹਿਲਾਂ ਹੀ ਲੈ ਕੇ ਖਾ ਗਏ ਨੀ ਅੱਧੇ ਝੋਨੇ ਦੇ ਵੀ ਸਮਣ ਬੈਂਕ ਵਾਲਾ ਵੀ ਦੇਖ ਜੋ ਕਰਜ਼ਾ ਲਿਆ ਉਧਾਰਾ ਨੀ ਉਹ ਮੈਂ ਕਿਹਾ ਕੱਚਿਆਂ ਨੂੰ ਹੀ ਲਿੰਬ ਪਹੁੰਚ ਕੇ ਕਰੀ ਗੁਜ਼ਾਰਾ ਕੱਚਿਆਂ ਨੂੰ ਹੀ ਲਿੰਬ ਪਹੁੰਚ ਕੇ ਕਰੀ ਗੁਜ਼ਾਰਾ ਬੀਬੀਆਂ ਦੀ ਵੀ ਵੱਡਾ ਬੋਰ ਕਰਾ ਕੇ ਤੇ ਉੱਤੇ ਮੋਟਰ ਲਾਉਣੀ ਆ ਮੇਰੀ ਵੀ ਸੁਣ ਲਾ ਹਾਂਜੀ ਉਹ ਤੈਨੂੰ ਘਰ ਦੇ ਬੋਰ ਦਾ ਪੈ ਗਿਆ ਨੀ ਬੋਰ ਦਾ ਖੇਤਾਂ ਵਾਲਾ ਬਹਿ ਗਿਆ ਉਹ ਤੈਨੂੰ ਘਰ ਦੇ ਬੋਰ ਦਾ ਪੈ ਗਿਆ ਨੀ ਬੋਰ ਦਾ ਖੇਤਾਂ ਵਾਲਾ ਬਹਿ ਗਿਆ ਉਹ ਪਿਛਲੀ ਖਾਦ ਦੇ ਪੈਸੇ ਦੇ ਦਿਓ ਕਰ ਸੋਸਾਇਟੀ ਵਾਲਾ ਕਹਿ ਗਿਆ ਸੌਦੇ ਪੱਤੇ ਵਾਲਾ ਵੀ ਪਈ ਜਾਂਦਾ ਕਾਲਾ ਏ ਇੱਕ ਦਾ ਹੋਰ ਸੁਣਾ ਆਇਆ ਈ ਉਹ ਕੱਪੜੇ ਵਾਲੇ ਦਾ ਵੀ ਗੇੜਾ ਵੱਜਣ ਵਾਲਾ ਏ ਕੱਪੜੇ ਵਾਲੇ ਦਾ ਵੀ ਗੇੜਾ ਵੱਜਣ ਵਾਲਾ ਸਰਕਾਰੀਓ ਸਰਦਾਰ ਅਨੂਪ ਸਿੰਘ ਜੀ ਲਾਈਨਮੈਨ ਬਿਜਲੀ ਬੋਰਡ ਬਹੁਤ ਸਾਰਾ ਮਾਣ ਕੀਤਾ ਮਸ਼ਕੂਰਾ ਦਾ ਬਈ ਸੋਹਣਾ ਜਾਂ ਇੱਕ ਬਾਥਰੂਮ ਬਣਵਾਈਏ
ਇਹਨੇ ਕਹੀ ਮੇਰੀ ਬੇਬੇ ਨੂੰ ਗੱਲ, ਤੇ ਜਦੋਂ ਬੇਬੇ ਨੂੰ ਆਖਿਆ ਤਾਂ ਫਿਰ ਆਲਾ ਦੁਆਲਾ ਸਭ ਬਰਾਬਰ ਕਰ ਦਈਦਾ ਭਾਵੇਂ ਜੋ ਮਰਜ਼ੀ ਹੋਵੇ। ਖਾਲੀ ਬਟੂਆ ਪਾਪਾ ਕਰਦਾ ਨੀ ਇਹਨੂੰ ਖੋਲਣ ਤੋਂ ਦਿਲ ਡਰਦਾ, ਮੈਨੂੰ ਕਿੱਥੋਂ ਲਵਾ ਦਿਆ ਸੀਟਾਂ ਇੱਥੇ ਲੂਣ ਤੇਲ ਨਹੀਂ ਸਰਦਾ, ਖਾਲੀ ਬਟੂਆ ਪਾਪਾ ਕਰਦਾ ਨੀ ਇਹਨੂੰ ਖੋਲਣ ਤੋਂ ਦਿਲ ਡਰਦਾ, ਤੈਨੂੰ ਕਿੱਥੋਂ ਲਵਾ ਦਿਆ ਸੀਟਾਂ ਇੱਥੇ ਲੂਣ ਤੇਲ ਨਹੀਂ ਸਰਦਾ, ਉਹ ਨਾਲ ਪ੍ਰੀਤ ਦਾ ਜਗਤਪੁਰਾ ਵਿੱਚ ਜਾਣਾ ਪੈਣਾ। ਇਹ ਆਉਂਦੀ ਆ ਵੀ ਫਲੱਸ਼ ਇੰਗਲਿਸ਼ ਸੀਟ ਲਵਾ ਦੇ, ਉਹ ਆਂਦਾ ਵੀ ਜਰਨਾ ਪੈਣਾ ਹੈ, ਕੀ ਕਰਨਾ ਪੈਣਾ ਹੈ, ਓਏ ਗੁੱਸੇ ਰਾਜਾ ਰਾਜ ਨਹੀਂ ਪੈਂਦਾ ਕਰਨਾ ਪੈਣਾ, ਗੁੱਸੇ ਰਾਜਾ ਰਾਜ ਨਹੀਂ ਪੈਂਦਾ ਕਰਨਾ ਪੈਣਾ, ਕਣਕ ਵੇਚ ਕੇ ਭਾਈਆ ਰਹਿਤ ਕੀ ਕੋਠੀ ਪਾਉਣੀ, ਬੱਚਿਆਂ ਨੂੰ ਹੀ ਲੱਭ ਪਹੁੰਚ ਕੇ ਕਰੀ ਗੁਜ਼ਾਰਾ ਵੀ, ਮਿਰਜ਼ਾ ਲਾਸਟ ਦੇ ਵਿੱਚ ਇੱਕ ਮਿਰਜ਼ਾ, ਸਾਡੇ ਸਾਰੇ ਗਾਉਣ ਵਾਲੇ ਕਹਿੰਦੇ ਨੇ ਵੀ ਮਿਰਜ਼ਾ ਗਾਉਣਾ ਔਖਾ ਹੈ, ਅਤੇ ਮੈਂ ਕਹਿੰਦਾ ਵੀ ਮਿਰਜ਼ਾ ਸੁਣਨਾ ਔਖਾ ਹੈ, ਤੁਸੀਂ ਕਹੋਗੇ ਵੀ ਸੁਣਨਾ ਕਿਉਂ ਔਖਾ ਹੈ, ਸਵੇਰ ਦੇ ਤੁਹਾਨੂੰ ਸੁਣੀ ਜਾਣ ਡੇ ਆ ਵੀ ਸੁਣਾ ਦੇ। ਇੱਕ ਬੇਨਤੀ ਹੈ, ਪਹਿਲਾਂ ਆਪਣਾ ਸਨਮਾਨ ਚ ਲੈ ਲਓ, ਜਸਪ੍ਰੀਤ ਦੱਸੀ ਜੀ ਅੱਗੇ ਪਲੀਜ਼। ਓਕੇ ਹਾਂਜੀ, ਕਿੱਥੇ ਆ ਮਨਪ੍ਰੀਤ, ਆ ਲਓ ਜੀ ਇੱਧਰ, ਕਿਉਂਕਿ ਆ ਜਾਓ ਆ ਜਾਓ, ਥੈਂਕ ਯੂ ਸਰ। ਹੈਲੋ, ਲਾਸਟ ਜੇ ਕੋਈ ਕਹਿੰਦੇ ਬਸ, ਥੈਂਕ ਯੂ ਸਰ। ਮੈਂ ਗੱਲ ਕਰਦਾ ਸੀ ਵੀ ਮਿਰਜ਼ਾ, ਸਾਡੇ ਸਾਰੇ ਗਾਉਣ ਵਾਲੇ ਕਹਿੰਦੇ ਨੇ ਵੀ ਗਾਉਣਾ ਔਖਾ, ਤੇ ਮੈਂ ਕਹਿੰਦਾ ਸੁਣਨਾ ਔਖਾ, ਤੁਸੀਂ ਕਹੋ ਕਿ ਵੀ ਸੁਣਨਾ ਕਿਉਂ ਔਖਾ ਹੈ, ਸੁਣਨਾ ਤਾਂ ਔਖਾ ਵੀ ਗਾਣਾ ਨਹੀਂ, ਇੱਕ ਹਿਸਟਰੀ ਇੱਕ ਸਟੋਰੀ ਇੱਕ ਕਹਾਣੀ ਹੈ, ਇਹਦੀ ਇੱਕ ਗੱਲ ਸੁਣੀਏ ਤਾਂ ਫਿਰ ਪਤਾ ਲੱਗਦਾ ਹੈ, ਨਹੀਂ ਤਾਂ 90% ਆਪਾਂ ਇਹੋ ਜਾਣਦੇ ਹਾਂ ਮਿਰਜ਼ਾ ਸਾਹਿਬਾਂ ਨੂੰ ਕੱਢਦੇ ਆ, ਜਣ ਥੱਲੇ ਬਹਿ ਗਿਆ, ਸਾਹਿਬਾਂ ਦੇ ਭਰਾ ਹੈ ਮਿਰਜ਼ੇ ਨੂੰ ਵੱਢਦਾ, ਦੈਟਸ ਆਲ। ਭਾਅ ਜੀ ਇੱਦਾਂ ਕਿੱਦਾਂ ਹੋ ਗਿਆ, ਇੱਦਾਂ ਸੂਰਮਾ ਬੰਦਾ ਐਡੀ ਛੇਤੀ ਕਿੱਦਾਂ ਵੱਢਿਆ ਗਿਆ, ਐਡੇ ਸੂਰਮਾ ਭਰਾਵਾਂ ਦੀ ਭੈਣ ਐਡੀ ਕਿਹਦੀ ਛੇਤੀ ਕਿੱਦਾਂ ਆ ਗਈ, ਉਹ ਕੋਈ ਸਲਾਹ ਕੀਤੀ ਹੋਊਗੀ ਕਿਸੇ ਨਾਲ, ਕਿਸੇ ਕੋਲ ਮਦਦ ਲਈ ਹੋਊਗੀ, ਇੱਕ ਇੱਕ ਗੱਲ ਸੁਣੀਏ ਤਾਂ ਫਿਰ ਪਤਾ ਲੱਗਦਾ ਹੈ ਕੀ ਹੋਇਆ। ਆਹ ਤੁਹਾਡੀ ਨਜ਼ਰ ਅੱਜ ਗਲਤ ਕਰਦਾ ਹੈ, ਜਿੰਨਾ ਕੁ ਮੈਂ ਇਹਦੇ ਬਾਰੇ ਪੜ੍ਹਿਆ ਤੁਹਾਡੀ ਨਜ਼ਰ ਕਰਦਾ ਹੈ, ਹੋ ਸਕਦਾ ਤੁਸੀਂ ਮੇਰੇ ਨਾਲੋਂ ਵੱਧ ਪੜ੍ਹਿਆ ਹੋਵੇ, ਪਰ ਜਿੰਨਾ ਮੈਂ ਇਹਦੇ ਬਾਰੇ ਪੜ੍ਹਿਆ ਤੁਹਾਨੂੰ ਸੁਣਾ ਕੇ ਜਾਣਾ ਹੈ। ਇੱਧਰ ਮਿਰਜ਼ਾ ਜੱਟ ਦੀ ਛੋਟੀ ਭੈਣ ਛੱਤੀ ਉਹਦੀ ਜਾਨ ਆਈ ਹੈ, ਉੱਧਰ ਸਾਹਿਬਾਂ ਜੱਟੀ ਦੀ ਜਾਨ ਆਈ ਹੈ, ਕਰਮੂ ਦੇ ਹੱਥ ਸੁਨੇਹਾ ਆ ਜਾਂਦਾ ਹੈ, ਜੱਟ ਰੱਖਦਾ ਘੋੜੀ ਤੇ ਕਾਠੀ, ਦਿੰਦਾ ਰਕਾਬ ਚ ਲੱਤ ਤੇ ਬਹਿ ਜਾਂਦਾ ਹੈ, ਤੁਰਿਆ ਜਾਂਦਾ ਜੱਟ ਮਿਰਜ਼ੇ ਦੀ ਬੱਕੀ ਦੀਆਂ ਫੜਕੇ ਵਾਗਾਂ, ਛੱਤੀ ਕਹਿੰਦੀ ਨਾ ਜਾ ਸਿਆਲਾਂ ਦੀਆਂ ਕੁੜੀਆਂ ਚੰਗੀਆਂ ਨੀ ਵੇ ਮਰਵਾ ਦੇਣਗੀਆਂ, ਹੰਕਾਰਿਆ ਸੀ, ਕਹਿੰਦਾ ਰੱਬ ਰੋਕੇ ਤਾਂ ਵੀ ਨਹੀਂ ਰੁਕਦਾ, ਕਹਿੰਦੀ ਮੇਰਾ ਵਿਆਹ ਧਰ ਕੇ ਤੇ ਕਿੱਥੇ ਚੱਲਿਆ, ਤੇਰਾ ਵਿਆਹ ਕਰਨ ਨੂੰ ਕਹਿੰਦਾ ਪਿੱਛੇ ਹੈਗੇ ਨੇ ਚਾਰ, ਕਹਿੰਦੀ ਤੂੰ ਮੇਰਾ ਪਿਆਰਾ ਵੀਰ ਹੈ, ਜਿੰਨਾ ਚਿਰ ਤੂੰ ਨਾ ਦੱਸਿਆ ਮੈਂ ਡੋਲੀ 'ਚ ਨਹੀਂ ਬਹਿਣਾ, ਝੂਠਾ ਜਿਹਾ ਵਾਅਦਾ ਕਰਦਾ ਹੈ, ਤੇਰੀ ਡੋਲੀ ਤੋੜਨ ਤੋਂ ਪਹਿਲਾਂ ਲੈ ਕੇ ਆਇਆ ਸਾਹਿਬਾਂ ਨੂੰ, ਨਹੀਂ ਆਖੇ ਲੱਗਦੀ, ਜੇਬ 'ਚ ਹੱਥ ਪਾਉਂਦਾ ਸਿੱਕਿਆਂ ਦੀ ਮੁੱਠ ਭਰਦਾ ਤੇ ਖਿਲਾਰ ਦਿੰਦਾ ਹੈ, ਉਹ ਸਿੱਕੇ ਚੁਗਣ ਲੱਗ ਪੈਂਦੀ ਹੈ, ਘੋੜੀ ਨੂੰ ਅੱਡੀ ਮਾਰਦਾ ਤੇ ਭਜਾ ਕੇ ਲੈ ਜਾਂਦਾ, ਕੀ ਕਹਿੰਦੀ, ਜਰਾ ਗੌਰ ਕਰੇ ਪਲੀਜ਼ ਮਿਹਰਬਾਨੀ। Oh
ਓ ਮੈਂ ਸਭੇ ਪੀੜਾ ਨੇ ਮੰਨੀਆਂ ਤੇ ਇੱਕ ਬੁਰੀ ਪਾਈਆਂ ਦੀ ਪੀੜ ਓਏ ਖਾਦਾ ਦਾਮ ਨਹੀਂ ਰਚਦਾ ਤੇ ਠੱਲਿਆ ਨੀ ਰਹਿੰਦਾ ਨੀਰ ਓ ਕਾਨੂੰ ਭੈਣਾਂ ਨੇ ਜਿਉਂਦੀਆਂ ਤੇ ਵਿਛੜ ਜਾਣ ਜਿਨ੍ਹਾਂ ਦੇ ਵੀਰ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਉਹ ਭਾਵੇਂ ਹੋ ਕੇ ਮਰਨ ਫਕੀਰ ਵਾ ਮੈਨੂੰ ਸਿੱਕਿਆਂ ਜੋਗੀ ਕਰ ਗਿਆ ਤੇ ਘੋੜੀ ਗਿਆ ਲੜਾ ਏਦਾਂ ਨਹੀਂ ਉਹ ਕਰਦ ਮਿਰਜਿਆ ਭੈਣਾਂ ਨਾਲ ਭਰਾ ਵੇ ਜੋ ਸਰਿਆ ਬੁਦਿਆ ਦੇ ਸਰਿਆ ਪੁੱਜਿਆ ਦੇਵਣਾ ਨਹੀਂ ਉਹ ਸੰਗ ਤੇ ਕੋਈ ਸ਼ਰਾ ਡਰਿਓ ਘੋੜੀ ਦੇਣ ਤੋਂ ਮੈਨੂੰ ਖਾਲੀ ਡੋਲੀ ਪਾ ਮੈਂ ਤੇਰੇ ਵਾਸਤੇ ਪਾਉਂਦੀ ਵੀਰਿਆ ਵਾਸਤੇ ਪਾਉਂਦੀ ਵੀਰਿਆ ਤੂੰ ਅੱਜ ਸਿਆਲੀ ਨਾ ਜਾ ਕੁੜੀਆਂ ਸਿਆਲਾਂ ਦੀਆਂ ਕੁੜੀਆਂ ਜਿਹੜੀਆਂ ਯਾਰ ਦੇਣ ਬਰਵਾ ਤੂੰ ਅੱਖ ਲੱਗ ਜਾ ਮੇਰੇ ਵੀਰ ਨਾ ਆਖੇ ਲੱਗ ਜਾ ਮੇਰੇ ਵੀਰ ਦਾ ਛੱਤੀ ਰਹੀ ਤਲੇ ਪਾ ਇੱਕ ਨਾ ਮੰਨੀ ਭੈਣ ਦੀ ਤੇ ਮਿਲ ਜਾ ਤੁਰ ਪਿਆ ਉਹ ਕਹਿੰਦੇ ਹੋ ਗਏ ਸ਼ਗਨ ਵਿਲੱਛਣ ਉਹ ਕਹਿੰਦੇ ਹੋ ਗਏ ਸ਼ਗਨ ਵਿਲੱਛਣ ਤੇ ਭਾਮਣ ਮਿਲ ਪਿਆ ਬਿੱਲੀ ਰਸਤਾ ਕੱਟ ਗਈ ਤੇ ਖੋਤਾ ਹਿਣਕ ਪਿਆ ਕੁੱਤੇ ਰੋਂਦੇ ਵਿੱਚ ਕਲਰੀ ਤੇ ਤਿੱਤਰ ਬੋਲ ਪਿਆ ਅੱਡੀ ਮਾਰੀ ਜਾਂ ਘੋੜੀ ਨੂੰ ਜੱਟ ਵੜਿਆ ਸਿਆਲੀ ਜਾਏ ਝਾਤੀ ਮਾਰੀ ਜਾਵਲ ਮਲ ਦੇ ਤੱਦੇ ਜਾਂਦੇ ਖਾਨੂੰ ਤੇ ਭਾਬੀਆਂ ਲੈਂਦੀਆਂ ਡੱਕ ਭਾਬੀਆਂ ਕਹਿੰਦੀਆਂ ਨਹੀਂ ਰੁਕਦਾ ਕਹਿੰਦਾ ਨਹੀਂ ਰੁਕਦਾ ਕਹਿੰਦੀਆਂ ਸਾਡੇ ਚੌਂ ਸਵਾਲਾਂ ਦੇ ਜਵਾਬ ਦੇ ਦੇ ਜਾ ਕਹਿੰਦਾ ਪੁੱਛੋ ਭਾਬੀਆਂ ਨੇ ਸਵਾਲ ਪੁੱਛੇ ਆ ਦਾਲ ਦਸ ਖਾਂ ਸ਼ਹਿਰ ਲਾਹੌਰ ਅੰਦਰ ਵੇ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਨਾਲੇ ਦਸ ਖਾਂ ਸ਼ਹਿਰ ਲਾਹੌਰ ਅੰਦਰ ਵੇ ਇੱਟਾਂ ਅੱਧੀਆਂ ਕਿੰਨੀਆਂ ਕਿੰਨੀਆਂ ਸਾਰੀਆਂ ਸਾਨੂੰ ਦਸ ਖਾਂ ਸ਼ਹਿਰ ਲਾਹੌਰ ਅੰਦਰ ਉਹ ਖੋਈਆਂ ਮਿੱਠੀਆਂ ਕਿੰਨੀਆਂ ਕਿੰਨੀਆਂ ਖਾਰੀਆਂ ਨੇ ਉਹ ਨਾਲੇ ਦਸ ਖਾਂ ਸ਼ਹਿਰ ਲਾਹੌਰ ਅੰਦਰ ਉਹ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਵਾਰੀਆਂ ਕੁਵਾਰੀ ਪਰਮਿੰਦਰ ਸਿੰਘ ਜੀ ਬਹੁਤ ਸਨਮਾਨ ਕੀਤਾ ਮਸ਼ਹੂਰ ਹੈ ਭਾਜੀ ਜੱਟ ਨੇ ਜਵਾਬ ਦਿੱਤਾ ਹੈ ਦਾਲ ਦੱਸਾਂ ਕੀ ਸ਼ਹਿਰ ਲਾਹੌਰ ਅੰਦਰ ਉਹ ਲੱਖਾਂ ਬੂਹੇ ਤੇ ਲੱਖਾਂ ਹੀ ਬਾਰੀਆਂ ਉਹ ਜਿੰਨਾ ਇੱਟਾਂ ਤੇ ਆਸ਼ਿਕ ਪੈਰ ਧਰ ਗਏ ਉਹ ਅੱਧੀਆਂ ਤੇ ਬਾਕੀ ਸਾਰੀਆਂ ਜਿੰਨਾ ਖੂਹਾਂ ਤੋਂ ਭਰਨ ਮਸ਼ੂਕ ਬਣੀ ਓ ਮਿੱਠੀਆਂ ਤੇ ਬਾਕੀ ਖਾਰੀਆਂ ਨੇ ਜਿਹੜੀਆਂ ਮਰਦੀਆਂ ਨੇ ਨਾਲ ਸੱਜਣਾ ਦੇ
ਜਿੰਨਾ ਕੁੜੀਆਂ ਦੇ ਹੱਥੀ ਲਾਲ ਚੂੜੇ ਉਹ ਵਿਆਹੀਆਂ ਤੇ ਬਾਕੀ ਕੁਵਾਰੀਆਂ ਨੇ ਭਾਬੀਆਂ ਨੇ ਰਾ ਡੱਕਿਆ ਤੇ ਤੇਰਾ ਗੱਲ ਸੁਣ ਜਾ ਇੱਕ ਨਾ ਮੰਨੀ ਭੈਣ ਦੀ ਜੱਟ ਮਿਲ ਜਾ ਤੁਰ ਪਿਆ ਉਹ ਕਹਿੰਦੇ ਹੋ ਗਏ ਸ਼ਗਨ ਬਲੱਛਣ ਮਾਰੀ ਜਾਵਲ ਮਹਿਲ ਦੇ ਕਹਿੰਦਾ ਕਿੱਤਰਾ ਲਗੂਤਾ ਜੱਟ ਨੇ ਠੋਕੀਆਂ ਪੰਸਤ ਕਿੱਲੀਆਂ ਠੋਕੀਆਂ ਪੰਸਤ ਕਿੱਲੀਆਂ ਤੇ ਚੜਿਆ ਬਾਰੀ ਦਾ ਸੁੱਤੀ ਸਾਹਿਬਾਂ ਜੱਟ ਨੇ ਤੇ ਫੜ ਲਈ ਗੁੱਟੋਂ ਜਾ ਛਾਲ ਮਾਰੀ ਆ ਮਹਿਲ ਤੋਂ ਦੋਵੇਂ ਗਏ ਬੱਕੀ ਤੇ ਆ ਸਾਹਿਬਾਂ ਵੇਖੀਆਂ ਬੱਕੀ ਦੀਆਂ ਹੱਡੀਆਂ ਬੱਕੀ ਦੀਆਂ ਹੱਡੀਆਂ ਤੇ ਜੱਟੀ ਗਈ ਚੁਬਰਾ ਕਹਿੰਦੀ ਕਿਗਣ ਬੰਨੇ ਲਾਮਣਾ ਤੇ ਬੇੜਾ ਡੁੱਬ ਗਿਆ ਨਾਲ ਗੁੱਸੇ ਦੇ ਬੋਲਿਆ ਮੇਰੀ ਬੱਕੀ ਨਾ ਨਿੰਦ ਕੇ ਜਾ ਪਾਣੀ ਪੀਂਦੀ ਅੰਬਰੋਂ ਤੇ ਅਰਸ਼ੋਂ ਚੁੱਕਦੀ ਘਾਹ ਨੀ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਹੁਣ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਜੱਟੀਏ ਜੱਟ ਤੋਂ ਡਰੇ ਖੜਾ ਭਾਜਾ ਨਾਲ ਯਕੀਨ ਦੇ ਦੇਊਂਗਾ ਦਾਨਾ ਬਾਜ ਬਚਾ ਹੱਡੀ ਮਾਰੀ ਜਾਂ ਘੋੜੀ ਨੂੰ ਤੇ ਬੱਕੀ ਹੋ ਗਈ ਵਾ ਜਾ ਕਹੇ ਠਾਂ ਜੰਡ ਦੇ ਕਹਿੰਦਾ ਗੋਡਾ ਲਈਏ ਨਵਾਂ ਤੋ ਘੜੀਆਂ ਆਰਾਮ ਕਰ ਲਈਏ ਸਾਨੂੰ ਕਿਸੇ ਦੀ ਨਹੀਂ ਪੜਵਾ ਹੋ ਯਾਰ ਮਾੜੀ ਕਿਸਮਤ ਜੱਟ ਦੀ ਭੋਲੀ ਜਾਤ ਨਸਲ ਕਬੂਤਰਾਂ ਦੀ ਖਚਰਾ ਵਿੱਚ ਨੀ ਪੰਛੀਆਂ ਕਾਂ ਜਿਹਾ ਓ ਮਾਂ ਮਰੇ ਤੇ ਪਾਲਦੀ ਬੱਚਿਆਂ ਨੂੰ ਦੁੱਧ ਨਹੀਂ ਜੇ ਜੱਗ ਤੇ ਗਾਂ ਜਿਹਾ ਰੁੱਖ ਲੱਖ ਚ ਰਸਤੇ ਵਿੱਚ ਹੋਣ ਭਾਵੇਂ ਤੇ ਮਜ਼ਾ ਨਹੀਂ ਜੇ ਫੋੜ ਦੀ ਸ਼ਾਂ ਜਿਹਾ ਮਜ਼ਾ ਨਹੀਂ ਜੇ ਫੋੜ ਦੀ ਸ਼ਾਂ ਜਿਹਾ ਜਾ ਕੇ ਹੇਠਾਂ ਜੰਡ ਦੇ ਕਹਿੰਦਾ ਗੋਡਾ ਲਈਏ ਨਵਾਂ ਤੋ ਘੜੀਆਂ ਆਰਾਮ ਕਰ ਲਈਏ ਸਾਨੂੰ ਕਿਸੇ ਦੀ ਨਹੀਂ ਪਰਵਾਹ ਹਯਾਰ ਮਾੜੀ ਕਿਸਮਤ ਜੱਟ ਦੀ ਮਾੜੀ ਕਿਸਮਤ ਜੱਟ ਦੀ ਉਹ ਇੱਕ ਤੋਤੀ ਬੈਠੀ ਆ ਸਾਹਿਬਾ ਕਹਿੰਦੀ ਗੱਲ ਸੁਣ ਮਿਰਜਿਆ ਵੇ ਜਰਾ ਇੱਥੇ ਯਾਰ ਵਿਖਾ ਤੋਤੀ ਦੇ ਮੂੰਹ ਚ ਅੰਬੀ ਆ ਕਹਿੰਦੀ ਇੱਥੇ ਨਿਸ਼ਾਨਾ ਮਾਰ ਅੰਬੀ ਡਿੱਗ ਪਏ ਤੋਤੀ ਨੂੰ ਕੁਝ ਨਹੀਂ ਹੋਣਾ ਚਾਹੀਦਾ ਸਾਹਿਬਾ ਕਹਿੰਦੀ ਗੱਲ ਸੁਣ ਮਿਰਜਿਆ ਵੇ ਜਰਾ ਇੱਥੇ ਯਾਰ ਵਿਖਾ ਇਹਦੇ ਮਾਨ ਨਿਸ਼ਾਨਾ ਖਿੱਚ ਕੇ ਇਹਦੇ ਮਾਨ ਨਿਸ਼ਾਨਾ ਖਿੱਚ ਕੇ ਵੇ ਜਰਾ ਇੱਥੇ ਯਾਰ ਵਿਖਾ ਇਹਦੇ ਮੂੰਹ ਚੋਂ ਅੰਬੀ ਡਿੱਗ ਪਏ ਇਹਦੇ ਮੂੰਹ ਚੋਂ ਅੰਬੀ ਡਿੱਗ ਪਏ ਤੋਤੀ ਨੂੰ ਨਾ ਲੱਗੇ ਵਾ ਉਹ ਜਦ ਉੱਠਿਆ ਨਾਲ ਕਰੋ ਤੇ ਉੱਠਿਆ ਨਾਲ ਕਰੋ ਤੇ ਉਹਨੇ ਦਿੱਤਾ ਤੀਰ ਚਲਾ ਉਹਦੇ ਮੂੰਹ ਚੋਂ ਅੰਬੀ ਡਿੱਗ ਪਈ ਤੋਤੀ ਨੂੰ ਨਾ ਲੱਗੀ ਵਾ ਸਾਹਿਬਾ ਵੇਖ ਨਿਸ਼ਾਨਾ ਜੱਟ ਦਾ ਤੇ ਜੱਟੀ ਗਈ ਘਬਰਾ ਹੋ ਮੇਰੀਆਂ ਭਾਬੀਆਂ ਕਰ ਦਊ ਰੰਡੀਆਂ ਟਰੱਕ ਡਰਾਈਵਰ ਮੇਰਾ ਵੀਰ ਬੜਾ ਮਾਣ ਕਰਦੇ ਨੇ ਮਸ਼ਹੂਰ ਹੋ ਮੇਰੀਆਂ ਭਾਬੀਆਂ ਕਰ ਦਊ ਰੰਡੀਆਂ ਜੇ ਵੀਰ ਗਏ ਮਰਿਆ ਉਹਨੇ ਭੰਨਿਆ ਤਰਕਸ਼ ਜੱਟ ਦਾ ਕਰ ਦਿੱਤਾ ਸੱਚ ਵਿਖਾ ਉਧਰੋਂ ਧੂੜਾਂ ਚੜ ਆਉਂਦੀਆਂ ਹੋਰ ਆਪਣਾ ਤੂੰ
ਹੁੰਦਾ ਚੜਚੜੇ ਆਉਂਦੀਆਂ ਤੇ ਹੁੰਦੀ ਮਾਰੋ ਮਾਰ ਸਾਹਿਬਾ ਕਹਿੰਦੀ ਗੱਲ ਸੁਣ ਮਿਰਚਿਆ ਹੋ ਜਾ ਪੱਕੀ ਤੇ ਸਵਾਰ ਇੱਥੋਂ ਭੱਜ ਕੇ ਜਾਨ ਬਚਾਲੀਏ ਨਹੀਂ ਤੇ ਵੀਰ ਦੇਣਗੇ ਮਾਰ ਉਹ ਜੱਟ ਉੱਠਿਆ ਨਾਲ ਕਰੋਧ ਦੇ ਉੱਠਿਆ ਨਾਲ ਕਰੋਧ ਦੇ ਹੋ ਗਿਆ ਲਹੂ ਅੱਖਾਂ ਵਿੱਚ ਜੱਟ ਨੇ ਟੁੱਟਿਆ ਤਰਕਸ਼ ਵੇਖਿਆ ਟੁੱਟਿਆ ਤਰਕਸ਼ ਵੇਖਿਆ ਮਿਰਜੇ ਦੀ ਨਿਕਲੀ ਤਾਂ ਉਹ ਕਹਿੰਦਾ ਰੰਨਾ ਵਾਲੀ ਕਰਤੀ ਉਹ ਕਹਿੰਦਾ ਰੰਨਾ ਵਾਲੀ ਕਰਤੀ ਦਿੱਤਾ ਦਾਗ ਇਸ਼ਕ ਨੂੰ ਲਾ ਨੀ ਹੁਣ ਘੜੇ ਮੂੰਹ ਨਾਲ ਆਖਦੀ ਮੈਨੂੰ ਦਾਨਾ ਬਾਜ ਬਚਾ ਘੇਰਾ ਪਿਆ ਚ ਫੇਰਿਓ ਤੇ ਵੱਡਿਆ ਜੱਟ ਗਿਆ ਆਉਂਦੀ ਸਖਣੀ ਬੱਕੀ ਵੇਖ ਕੇ ਓਏ ਗੱਲ ਤੇ ਹਰ ਕੋਈ ਜਾਣਦਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਉਹ ਰਾਜਾ ਭਾਈਆਂ ਨੂੰ ਛੱਡ ਫਕੀਰ ਬਣਿਆ ਹੀਰ ਛੱਡ ਗਈ ਪੂਰ ਸਹੇਲੀਆਂ ਦਾ ਜਿਉਂਦਾ ਰਹਿ ਪੁੱਤ ਓਏ ਇੱਕ ਦਿਨ ਅਸਾਂ ਪਰਦੇਸੀਆਂ ਵੀ ਤੁਰ ਜਾਣਾ ਤੇ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਹੋਏ ਆਉਂਦੀ ਸੱਖਣੀ ਬੱਕੀ ਵੇਖ ਕੇ ਛੱਤੀ ਦੀ ਨਿਕਲੀ ਤਾਂ ਕਹਿੰਦੀ ਗੱਲ ਸੁਣ ਸਾਹਿਬਾ ਆਪਣੇ ਦਿੱਤਾ ਵੀਰ ਮੇਰਾ ਮਰਵਾ ਨੀ ਮੈਂ ਕਿਨੂੰ ਵੀਰਾ ਆਖਣਾ ਤੇ ਕਿਹਦੇ ਵੇਖਣੇ ਰਾ ਕਿਨੂੰ ਵੀਰਾ ਆਖਣਾ ਤੇ ਬਹੁਤ ਮਿਹਰਬਾਨੀ ਜੀ ਕੋਈ ਗੁੱਸਾ ਕੀ ਇੱਕ ਮਿੰਟ ਕਿਉਂ ਇੱਥੇ ਬੈਠੇ ਰਹਿਣ ਇੱਕ ਮਿੰਟ ਪਲੀਜ਼ ਇੱਕ ਨਾ ਤੁਹਾਡਾ ਬੱਚਾ ਹੈ ਹੈਰੀ ਉਹਨਾਂ ਨੇ ਕਵਿਤਾ ਬੋਲਣੀ ਕੱਲੀ ਬਹੁਤ ਰਿਨੀ ਹੈ ਕਿਉਂਕਿ ਬਾਈ ਬਿੱਟੂ ਖੰਨੇ ਵਾਲਾ ਮਿਸ ਸੁਰਮਣੀ ਉਹਨਾਂ ਦੇ ਜਿਹੜੇ ਸੰਗੀਤਕ ਸਾਡੇ ਬਹੁਤ ਰਿਸਪੈਕਟਡ ਕਾਰੀਗਰ ਭਾਈ ਹਾਂਜੀ ਹਾਂਜੀ ਕਿਉਂਕਿ ਰਾਤ ਦਾ ਪ੍ਰੋਗਰਾਮ ਆ ਬਾਈ ਦਾ ਬਿੱਟੂ ਖੰਨੇ ਦਾ ਹੈਲੋ ਬਾਈ ਬਿੱਟੂ ਖੰਨੇ ਵਾਲਾ ਦਾ ਮਿਸ ਸੁਰਮਣੀ ਦਾ ਰਾਤ ਦਾ ਪ੍ਰੋਗਰਾਮ ਹੈ ਬਸ ਜਿੰਨੇ ਸਾਜੀ ਨੇ ਉਹਨਾਂ ਨੇ ਨਾਲ ਜਾਣਾ ਸੋ ਮੈਂ ਇਸ ਕਰਕੇ ਬੇਨਤੀ ਕਰਦਾ ਨਹੀਂ ਹੋਰ ਸੁਣਾਉਣੀ ਤੁਹਾਨੂੰ ਪਰ ਉਸ ਤੋਂ ਪਹਿਲਾਂ ਓਨਲੀ ਕਵਿਤਾ ਹੈਰੀ ਕਿੱਥੇ ਹੈ ਆ ਜਾ ਮੈਂ